ਕਰਿਆ ਕਰੋ ਕਿਉਂ ਤੁਸੀਂ ਸਤਿਕਾਰ ਕਰੋਗੇ ਲੈ ਅੱਜ ਗੱਲ ਕਹਿ ਕੇ ਜਾ ਰਿਹਾ ਇਸ ਨਾਰੇ ਦੀ ਧਰਤੀ ਤੇ ਇੱਕ ਹਫਤਾ ਕਰਕੇ ਦੇਖ ਲਓ ਇੱਕ ਹਫਤਾ ਤੁਹਾਨੂੰ ਪਤਾ ਇਹਨਾਂ ਫਕੀਰਾਂ ਦੇ ਵਿੱਚ ਕੋਈ ਤੁਸੀਂ ਅੱਜ ਤੁਹਾਨੂੰ ਸੱਚ ਨਾਲ ਵਾਕਫ ਕਰਾ ਦਾਂ ਆਪਾਂ ਟੀਵੀ 'ਚ ਦੇਖਦੇ ਇੱਥੋਂ ਸ਼ਕਤੀ ਨਿਕਲਦੀ ਹੁੰਦੀ ਸੀਗੀ ਅੱਜ ਵੀ ਨਾਟਕ ਆਉਂਦੇ ਸ਼ਕਤੀ ਨਿਕਲਦੀ ਆ ਨਾ ਇਹਨਾਂ ਫਕੀਰਾਂ ਨੇ ਸ਼ਕਤੀ ਤਾਂ ਨਹੀਂ ਕੱਢੀ ਇਹਨਾਂ ਦੇ ਕੰਮ ਪਤਾ ਕਿਉਂ ਹੋ ਜਾਂਦੇ ਆ ਪਤਾ ਇਹ ਆਪਣੀ ਜ਼ਬਾਨ 'ਚ ਝੂਠ ਨਹੀਂ ਬੋਲਦੇ ਇਹ ਝੂਠ ਨਹੀਂ ਬੋਲਦੇ ਔਰ ਇੱਕੀ ਦਿਨ ਦਾ ਇੱਕ ਤੁਸੀਂ ਕੰਮ ਕਰਕੇ ਦੇਖ ਲਓ 21 ਦਿਨ ਆਪਣੀ ਜ਼ਿੰਦਗੀ ਦੇ ਨਾਲ ਪ੍ਰਣ ਕਰ ਲਓ ਕਿ ਅਸੀਂ ਜ਼ਿੰਦਗੀ 'ਚ ਝੂਠ ਨਹੀਂ ਬੋਲਣਾ ਜੋ ਕਹਿਣਾ 21 ਦਿਨ ਸੱਚ ਕਹਿਣਾ ਚਾਹੇ ਗੱਲ ਕੱਟ ਜਾਵੇ 21 ਦਿਨਾਂ ਬਾਅਦ ਤੁਹਾਡੀ ਜੀਭ ਪਵਿੱਤਰ ਹੋ ਜਾਊਗੀ ਜੋ ਜ਼ਬਾਨ 'ਚੋਂ ਕਹੀ ਜਾਊਂਗੇ ਅੱਲਾ ਪਾਕ ਉਹੀ ਪੂਰੀਆਂ ਕਰਦਾ ਜਾਊਗਾ ਜੋ ਕਹਿੰਦੇ ਰਹੋਗੇ ਉਹੀ ਪੂਰੀਆਂ ਕਰਦਾ ਰਹੇ ਕਰਕੇ ਦੇਖੋ ਚਲੋ ਦਾਤਾ ਭਲੀ ਕਰੇ ਸਭ ਨੂੰ ਕਰੀਏ ਸ਼ੁਰੂ ਜੀ ਹਾਂਜੀ ਡਿੰਪੀ ਸਾਊਂਡ ਵਾਲੇ ਵੀਰ ਉਹ ਜਿਉਂਦੇ ਵੱਸਦੇ ਰਹੋ ਯਾਰ ਸਾਡੀ ਔਕਾਤ ਨਹੀਂ ਸੀ ਤੁਹਾਡੇ ਸਾਊਂਡਾਂ ਦੇ ਗਾਉਣ ਗੂਣ ਵੀ ਇਹ ਤਾਂ ਬਾਵੇ ਵਰਗੇ ਹੀ ਗਾਉਂਦੇ ਆ ਅਤੇ ਉਹ ਤੁਸੀਂ ਗਵਾ ਤਾ ਤੁਹਾਡੀ ਮਿਹਰਬਾਨੀ ਔਰ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰੋ ਇਸ ਸ਼ਖਸ ਦੇ ਨਾਂ ਤੋਂ ਇਹਨੂੰ ਕਹਿੰਦੇ ਆ ਮਨੋਰ ਇਹ ਹੈ ਪੂਰਾ ਰੱਜ ਕੇ ਚੋਰ ਪਤਾ ਕਿੱਦਾਂ ਇਹ ਦਿਲ ਚੋਰੀ ਕਰਦਾ ਹੈ ਇਹ ਸਾਡੀ ਰੂਹਾਂ ਚੋਰੀ ਕਰੀ ਫਿਰਦਾ ਭਾਅ ਜੀ ਦੀ ਸਾਊਂਡ ਹੈ ਗੁਪਤਾ ਦੇ ਨਾਂ ਤੋਂ ਗੁਪਤਾ ਸਾਊਂਡ ਔਰ ਇਹਨੇ ਦੁਆਬੇ ਦੇ ਵਿੱਚ ਮੇਰੀ ਹਾਜ਼ਰੀ ਲਵਾਉਣੀ ਸ਼ੁਰੂ ਕਰ ਦਿੱਤੀ ਮੈਨੂੰ ਕਹਿੰਦਾ ਮੇਰੀ ਕਿਸੇ ਦਰਬਾਰ 'ਤੇ ਸਾਊਂਡ ਲੱਗੇ ਜਾਂ ਨਾ ਲੱਗੇ ਮੈਨੂੰ ਲਾਲਚ ਨਹੀਂ ਹੈ ਪਰ ਮੈਂ ਤੇਰੀ ਸੱਚਾਈ ਦੀ ਗੱਲ ਨੂੰ ਦਰਬਾਰਾਂ 'ਚ ਪੇਸ਼ ਕਰਨਾ ਚਾਹੁੰਦਾ ਅਤੇ ਮੈਂ ਇਹਦਾ ਸ਼ੁਕਰਾਨਾ ਕਰਦਾ ਕਿ ਇਹ ਤੁਹਾਡੇ ਵਰਗੇ ਰੂਹਾਂ ਦੇ ਦਰਸ਼ਨ ਕਰਾ ਰਿਹਾ ਬੁਲਾ ਬੁਲਾ ਕੇ ਤੁਹਾਡੀ ਕੁਆਤ ਦਾ ਮਾਲਕ ਨਹੀਂ ਸੀ ਮੈਂ ਔਰ ਬਿੱਟੂ ਬੁਲਾਤੀ ਹੈ ਜੀ ਸਾਡਾ ਐਂਕਰ ਭਰਾ ਕਿੱਧਰ ਗਿਆ ਚਲਾ ਗਿਆ ਮੈਂ ਦੁਨੀਆ ਘੁੰਮ ਲਈ ਗਾ ਲਿਆ ਬੜਾ ਕਹਿੰਦੇ ਫਲ ਨੀਵਿਆਂ ਰੁੱਖਾਂ ਨੂੰ ਲੱਗਦਾ ਉੱਚਾ ਹੋ ਕੇ ਮਾਰ ਨਾ ਕਰੀ ਇਹ ਨੀਵਾਂ ਦਾਤਾ ਜੀ ਕਹਿੰਦਾ ਜੇ ਰੱਬ ਨੂੰ ਪਾਉਣਾ ਨਾ ਤਾਂ 3 ਕੰਮ ਸ਼ੁਰੂ ਕਰ ਦਿਓ ਪਤਾ ਕਿਹੜੇ ਨੀਵਾਂ ਹੋਰ ਵੀ ਨੀਵਾਂ ਅਤੇ ਹੋਰ ਵੀ ਨੀਵਾਂ ਜਦੋਂ ਇਹ ਕਰਨ ਲੱਗ ਗਏ ਰੱਬ ਮਿਲ ਜਾਣਾ ਇਹ ਉਹਨਾਂ 'ਚੋਂ ਹੈ ਤੁਹਾਡੀ ਸ਼ਕਲਾਂ ਤੋਂ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਵੀ ਤੁਸੀਂ ਕਿੱਦਾਂ ਦੇ ਸੁਭਾਅ ਦੇ ਹੋ ਭਾਅ ਜੀ ਦੇ ਚਿਹਰੇ ਤੋਂ ਪਤਾ ਲੱਗਦਾ ਕਿ ਇਹ ਨਰਮ ਬੰਦੇ ਨੇ